ਨਿਸ਼ਾ ਨੂੰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਅੱਜ ਦੀ ਇੱਕ ਹੋਰ ਸਪੈਸ਼ਲ ਗੌਸਿਪ। ਦਰਸ਼ਕੋ, ਤੁਹਾਨੂੰ ਪਤਾ ਹੈ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਦੇ ਦੋ ਸਿੰਗਰ ਅਜਿਹੇ ਨੇ ਜੋ ਆਪਣੀ ਗਾਇਕੀ ਨੂੰ ਲੈ ਕੇ ਘੱਟ ਪਰ ਆਪਣੀ ਕੰਟਰੋਵਰਸੀ ਨੂੰ ਲੈ ਕੇ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਨੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਸੋਨੀ ਮਾਨ ਤੇ ਮੁੱਖ ਮੰਤਰੀ ਦੀ, ਪਰ ਇਸ ਵਾਰ ਸੋਨੀ ਮਾਨ ਘੱਟ ਤੇ ਮੁੱਖ ਮੰਤਰੀ ਚਰਚਾ ਦੇ ਵਿੱਚ ਜ਼ਿਆਦਾ ਨੇ। ਹਾਲਾਂ ਦੇ ਵਿੱਚ ਹੀ ਵੱਡਾ ਗਰੇਵਾਲ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਵੱਡਾ ਗਰੇਵਾਲ ਨੇ ਮੁੱਖ ਮੰਤਰੀ ਨੂੰ ਕਾਫੀ ਕੁਝ ਬੋਲਿਆ। ਪਹਿਲਾਂ ਦੇਖੋ ਕਿ ਵੱਡਾ ਗਰੇਵਾਲ ਨੇ ਇਸ ਵੀਡੀਓ ਦੇ ਵਿੱਚ ਕੀ ਕਿਹਾ। ਕਦੇ ਚਮਲਿੰਗਾ, ਕਦੇ ਪਮਲਿੰਗਾ, 79 ਜੋ 79, ਇਹਨਾਂ ਨੇ ਪਤਾ ਨੁਕਸਾਨ ਕੀ ਕੀਤਾ ਹੋਇਆ ਇੰਡਸਟਰੀ ਨੂੰ? ਇਹ ਚੰਗੇ ਚੰਗੇ ਗਾਣੇ ਦੱਬ ਰਹੇ ਨੇ, ਇਹਨਾਂ ਨੂੰ ਨਾ ਜਿਹੜੇ ਇਹੋ ਜਿਹੇ ਬੰਦੇ ਨੇ ਨਾ ਟਰੱਕ ਭਰ ਲਵੇ, ਟੈਂਪੂ ਭਰ ਕੇ ਇਹਨਾਂ ਨੂੰ ਇਹੋ ਜਿਹੇ ਏਰੀਏ 'ਚ ਛੱਡਿਆ ਵੀ ਨਾ ਕਾਲੇ ਪਾਣੀ ਵਾਂਗੂ, ਵੀ ਜਿੱਥੋਂ ਮੁੜ ਕੇ ਆ ਹੀ ਨਾ ਸਕਣ। ਆ ਚੀਮਾ ਜਿਹਾ ਹੋਇਆ ਮੁੱਖ ਮੰਤਰੀ ਜਾਂ ਜੋ 79-75 ਜੋ ਵੀ ਨੇ, ਇਹਨਾਂ ਨੂੰ ਨਾ ਟੈਂਪੂ 'ਚ ਬੰਦ ਕਰ ਲਵੇ। ਦੇਖੇ ਜਿਵੇਂ ਆਲੂਆਂ ਵਾਲੇ ਟਰੱਕ 'ਚ ਡੌਂਕੀ ਨਹੀਂ ਲਾਉਂਦੇ ਸੀ, ਪਹਿਲਾਂ ਜਾਂਦੇ ਹੁੰਦੇ ਡੌਂਕੀ ਲਾ ਕੇ, ਉਵੇਂ ਇਹਨਾਂ ਦਾ ਸਾਹ ਹੋ ਜੇ ਬੰਦ। ਇਹਨਾਂ ਨੂੰ ਇਹੋ ਜਿਹੀ ਜਗ੍ਹਾ 'ਤੇ ਛੱਡਿਆ ਵੀ ਇਹਨਾਂ ਨੂੰ ਰਾਹ ਹੀ ਨਾ ਲੱਭੇ ਪੰਜਾਬ ਦਾ, ਵੀ ਪੰਜਾਬ ਹੈ ਕਿੱਥੇ, ਨਾ ਇਹਨਾਂ ਨੂੰ ਯੂਟਿਊਬ ਦੇਖੇ ਨਾ ਇੰਸਟਾਗ੍ਰਾਮ। ਇਹਨਾਂ ਨੇ ਚੰਗੇ ਚੰਗੇ ਗਾਣੇ ਦੱਬਲੇ, ਸੱਚੀ ਕਹਿਣਾ ਯਾਰ ਮੈਂ, ਅਤੇ ਜੇ ਮੇਰੇ ਨਾਲ ਸਹਿਮਤ ਹੋ ਨਾ, ਸੱਚੀ ਕਹਿਣਾ ਇਹਨਾਂ ਨੂੰ ਨਾ ਚਮਲਾਇਆ ਕਰੋ ਮੇਰਾ ਵੀਰ ਬਣ ਕੇ, ਬੜਾ ਨੁਕਸਾਨ ਕਰ ਰਹੇ ਨੇ। ਅਤੇ ਪੰਜਾਬੀਆਂ 'ਤੇ ਲੋਕ ਹੱਸਦੇ ਨੇ ਜਿਹੜੇ ਬਾਹਰਲੇ ਦੇਸ਼ਾਂ 'ਚ ਬੈਠੇ ਆ। ਇਸ ਵੀਡੀਓ ਤੋਂ ਬਾਅਦ ਮੁੱਖ ਮੰਤਰੀ ਪਿੱਛੇ ਨਹੀਂ ਹਟੇ ਅਤੇ ਮੁੱਖ ਮੰਤਰੀ ਨੇ ਵੀ ਵੱਡੇ ਗਰੇਵਾਲ ਨੂੰ ਕਾਫੀ ਕੁਝ ਬੋਲਿਆ। ਦੇਖੋ ਪਹਿਲਾਂ ਮੁੱਖ ਮੰਤਰੀ ਦੀ ਇਹ ਵੀਡੀਓ। ਹਾਂਜੀ ਮੰਤਰੀ ਸਾਹਿਬ, ਕਿੱਥੇ ਚੱਲੇ ਜੇ? ਉਹ ਵੱਡਾ ਛੋਟਾ ਗਰੇਵਾਲ ਯਾਰਾਂ ਨੂੰ ਮਿਲ ਚੱਲੇ ਆ, ਆਪਣੇ ਬਾਰੇ ਗਲਤ ਬੜਾ ਬੋਲਦਾ ਵਾ, ਡਟੌਲੀ ਵਰਗੀਆਂ ਲੱਤਾਂ ਆਉਂਦਾ, ਚੋਪੇ ਵਰਗਾ ਮੂੰਹ ਆਉਂਦਾ, ਭੰਗ ਦਾ ਬੂਟਾ ਗਾਣਾ ਆਪਾਂ ਉੱਤੇ ਲਾਇਆ ਵਾ, ਉਹਦੇ ਵਰਗੀਆਂ ਪਰਦਿਆਂ ਤੇ ਲਾਇਆ, ਭੰਗ ਪੀਣੋ ਢਾਉਣਾ ਇਹਨਾਂ ਸਾਲਿਆਂ ਨੂੰ। ਅੱਛਾ, ਬਾਅਦ ਕਿਤੇ ਨਾ ਕਿਤੇ ਮੁੱਦਾ ਠੰਡਾ ਪੈ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਜੀ ਹਾਂ, ਇਸ ਵੀਡੀਓ ਤੋਂ ਬਾਅਦ ਵੱਡਾ ਗਰੇਵਾਲ ਨੇ ਇੱਕ ਹੋਰ ਵੀਡੀਓ ਅਪਲੋਡ ਕੀਤੀ ਜਿਸ ਦੇ ਵਿੱਚ ਵੱਡਾ ਗਰੇਵਾਲ ਨੇ ਮੁੱਖ ਮੰਤਰੀ ਨੂੰ ਕਾਫੀ ਕੁਝ ਬੋਲਿਆ। ਪਹਿਲਾਂ ਦੇਖੋ ਮੁੱਖ ਮੰਤਰੀ ਨੂੰ ਵੱਡਾ ਗਰੇਵਾਲ ਨੇ ਹੁਣ ਕੀ ਕਿਹਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਚੱਲ ਕਾਹਨੂੰ ਬੋਲਣਾ, ਕਾਹਨੂੰ ਬੋਲਣਾ, ਵਾਹਵਾ ਦਿਨ ਹੋ ਗਏ ਸੀ, ਆਹਾ ਐਂ ਕਰ ਦਾਂਗੇ ਜੀ, ਵਾਹ ਕਰ ਦਾਂਗੇ ਜੀ, ਕਿੱਥੇ ਚੱਲੇ ਹੋ ਜੀ ਮੰਤਰੀ ਜੀ? ਅਸੀਂ ਜੀ ਉਹ ਵੱਡਾ ਛੋਟਾ ਗੜਿਆਲ ਆ ਜਿਹੜਾ ਨਾ, ਵੱਡਾ ਛੋਟਾ ਗੜਿਆਲ, ਟਟੀੜੀ ਵੜਗੀਆਂ ਲੱਤਾਂ ਵਾਲਾ, ਚੂਪੇ ਵੜ ਗਿਆ ਮੂੰਹ ਵਾਲਾ, ਉਹਦੇ ਕੋਲ ਚੱਲਿਆ, ਕੀ ਕਰ ਲੇਗਾ ਫਿਰ ਮੇਰੇ ਕੋਲ ਆ ਕੇ? ਮੈਂ ਤਾਂ ਸਾਲਿਆ ਤੈਨੂੰ ਐਵੇਂ ਨਹੀਂ ਕਹਿ ਸਕਦਾ ਵੀ ਤੂੰ ਇਕੱਲੇ ਹੀ ਘੋਲੀ ਮੇਰੇ ਨਾਲ, ਥੱਪੜ ਮਾਰਿਆ ਤੇਰੇ ਤੈਨੂੰ ਸਾਹ ਚੜ ਜੂ, ਠੀਕ ਆ? ਆ ਤੂੰ ਜਿਨ੍ਹਾਂ ਦੀਆਂ ਉਂਗਲਾਂ 'ਤੇ ਚੜਿਆ ਫਿਰ ਤਾਂ ਕਿਸੇ ਨੇ ਨਹੀਂ ਖੜਨਾ, ਤੈਨੂੰ ਇੰਨਾ ਦੱਸਤਾ, ਠੀਕ ਆ? ਧਿਆਨ ਨਾਲ ਬੋਲੀ ਜਾਂਦਾ, ਅਕਲ ਨਾਲ ਬੋਲੀ ਜਾਂਦਾ ਹਰੇਕ ਨੂੰ, ਠੀਕ ਆ? ਅਤੇ ਖਿੱਚਕੀ ਹੈ, ਆਹ ਦੋ ਤਿੰਨ ਮੇਰੀਆਂ ਫੋਟੋਆਂ ਥੱਲੇ ਕਮੈਂਟ ਕਰੀ ਜਾਂਦੇ ਆ, ਕਰਦਾ ਬਹੁਤ ਖੜਦਾ ਲੈ ਭਾਬੇ, ਪਿਸ਼ਕੀਆਂ ਪਿਸ਼ਕੀਆਂ ਹੋ ਜਾਓਗੇ, ਬੈ ਦੱਸਤਾ ਤੁਹਾਨੂੰ ਮੈਂ, ਠੀਕ ਆ? ਬਸ ਆਹੀ ਜਵਾਬ ਦੇਣਾ ਸੀ ਮੈਂ, ਕਾਰਾਂ ਦੇ ਸਨ ਰੂਪ ਵਿੱਚ ਦੀ ਨਿਕਲ ਕੇ ਇਹਦੀਆਂ ਟਟੀਰੀ ਵਰਗੀਆਂ ਲੱਤਾਂ, ਚੂਪੇ ਵਰਗਾ ਮੂੰਹ, ਐਂ ਕਹਿਣ ਨਾਲ ਕੋਈ ਨਹੀਂ ਹੁੰਦਾ, ਠੀਕ ਆ? ਥਾਪੜੇ ਪੈਣ ਲੱਗ ਗਏ ਨਾ, ਦਿਖਣਾ ਨਹੀਂ ਕਿਸੇ ਨੇ, ਜਿਹੜੇ ਤੇਰੀ ਸਪੋਰਟ ਜੀ 'ਚ ਖੜਦੇ ਨੇ ਕਿਸੇ ਨੇ ਨਹੀਂ, ਕੁਛ ਨਹੀਂ, ਥੈਂਕ ਯੂ ਸੋ ਮੱਚ, ਠੀਕ ਆ? ਅੱਤ ਬਾਅਦ ਨਾ ਬੋਲੀ, ਕੁੱਤਾ ਲਿਆਏਗਾ ਐਡਾ ਕੁ ਕਤੂਰਾ ਸਾਲਿਆ, ਉੱਡਾ ਕੀ ਤੂੰ ਆ, ਉੱਡਾ ਕੀ ਤੇਰਾ ਕੁੱਤਾ ਗੰਦਾ। ਸਿਰਫ ਇੰਨਾ ਹੀ ਨਹੀਂ, ਵੱਡਾ ਗਰੇਵਾਲ ਨੇ ਇਸ ਵੀਡੀਓ ਦੇ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਕੁਝ ਹੋਰ ਲੋਕਾਂ ਨੂੰ ਵੀ ਕਾਫੀ ਕੁਝ ਬੋਲਿਆ। ਦੇਖੋ ਮੁੱਖ ਮੰਤਰੀ ਤੋਂ ਇਲਾਵਾ ਵੱਡਾ ਗਰੇਵਾਲ ਨੇ ਕਿਹਨਾਂ ਨੂੰ ਟਾਰਗੇਟ ਕੀਤਾ? ਠੀਕ ਆ, ਆ ਤੂੰ ਜਿਨ੍ਹਾਂ ਦੀਆਂ ਉਂਗਲਾਂ 'ਤੇ ਚੜਿਆ ਫਿਰ ਤਾਂ ਕਿਸੇ ਨੇ ਨਹੀਂ ਖੜਨਾ, ਤੈਨੂੰ ਇੰਨਾ ਦੱਸਤਾ, ਠੀਕ ਆ? ਹੁਣ ਮੁੱਦਾ ਚੱਲ ਰਿਹਾ ਸੀ ਵੱਡਾ ਗਰੇਵਾਲ ਅਤੇ ਮੁੱਖ ਮੰਤਰੀ ਦਾ, ਪਰ ਇੱਕ ਹੋਰ ਸਿੰਗਰ ਇਸ ਮੁੱਦੇ ਦੇ ਵਿੱਚ ਆਏ। ਕੌਣ ਹੈ ਉਹ ਸਿੰਗਰ? ਦੇਖੋ ਜੀ ਇਸ ਵੀਡੀਓ ਦੇ ਵਿੱਚ। ਕੱਲ ਜੀ ਮੈਂ ਤੁਹਾਡੀ ਆਪਣੀ ਮੈਨੀਤ ਮਾਨ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਮੁੱਖ ਮੰਤਰੀ ਦੀ। ਮੁੱਖ ਮੰਤਰੀ ਕਹਿੰਦਾ ਕਿ ਮੈਂ ਵੱਡੇ ਛੋਟੇ ਗਰੇਵਾਲ ਨੂੰ ਦੇਖਣ ਚੱਲਿਆ ਹਾਂ, ਮੈਂ ਕੁੱਤਾ ਲੈ ਕੇ ਚੱਲੇ ਹਾਂ, ਉਹਦੀਆਂ ਟਟੀਰੀ ਵਰਗੀਆਂ ਲੱਤਾਂ, ਫਲਾਣਾ ਫਲਾਣਾ ਫਲਾਣਾ, ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ? ਇੱਕ ਸੀਨੀਅਰ ਆਰਟਿਸਟ ਦੀ ਇੱਜ਼ਤ ਤਾਂ ਕੀ ਕਰਨੀ ਚਾਹੀਦੀ? ਤੂੰ ਕੀ ਬਕਵਾਸ ਕਰ ਰਹੇ ਹੈ ਤੈਨੂੰ? ਕਦੇ ਤੂੰ ਸਿੱਧੂ ਮੂਸੇ ਵਾਲੇ ਭਾਜੀ ਨੂੰ ਕਹਿੰਦਾ ਕਿ ਮੈਂ ਕੜੇ ਮਾਰ ਮਾਰ ਸਿਰ ਪਾੜ ਦੂੰਗਾ? ਹਿੰਮਤ ਚਾਹੀਦੀ ਹੈ ਸਭ ਕੁਛ ਕਰਨ ਦੇ ਲਈ, ਜੇ ਤੇਰੇ 'ਚ ਹਿੰਮਤ ਸੀਗੀ ਨਾ ਤਾਂ ਪਹੁੰਚਦਾ, ਹੁਣ ਤੱਕ ਪਹੁੰਚਿਆ ਕਿਉਂ ਨਹੀਂ? ਕਿਉਂ ਬਾਈ, ਤੇਰੀ ਗੱਡੀ ਦਾ ਤੇਲ ਮੁੱਕ ਗਿਆ? ਸਵਾਦ ਦੀ ਗੱਲ ਤਾਂ ਹੈ ਜੇ ਹੁਣ ਤੱਕ ਪਹੁੰਚਿਆ ਹੁੰਦਾ, ਪਹੁੰਚ ਹੁਣ ਵੀ ਪਹੁੰਚ, ਵੱਡੇ ਗਰੇਵਾਲ ਜੀ ਤੱਕ ਨਹੀਂ ਤਾਂ ਮੇਰੇ ਤੱਕ ਪਹੁੰਚ, ਮੈਂ ਦੇਖਦੀ ਹਾਂ ਮੇਰਾ ਕੀ ਵਿਗਾੜਦਾ ਤੂੰ। ਸਵਾਦ ਦੀ ਗੱਲ ਤਾਂ ਹੈ, ਪਹੁੰਚ ਕੇ ਦਿਖਾਵੇਂ, ਤੇ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਜਿਹੜੇ ਸਭ ਕੁਛ ਬੁਲਵਾ ਰਹੇ ਨੇ। ਉਹ ਤੁਸੀਂ ਮਾੜੀ ਮੋਟੀ ਸ਼ਰਮ ਕਰ ਲਓ, ਕਿਉਂ ਤੁਸੀਂ ਉਸ ਬੱਚੇ ਦਾ, ਕਿਉਂ ਤੁਸੀਂ ਦੁਸ਼ਮਣੀ ਪਵਾਈ ਜਾਂਦੇ, ਕਿਉਂ ਤੁਸੀਂ ਉਸਦਾ ਵੈਰ ਪਵਾਈ ਜਾਂਦੇ ਲੋਕਾਂ ਦੇ ਨਾਲ? ਹੱਦ ਹੁੰਦੀ ਹੈ ਕਿਸੇ ਚੀਜ਼ ਦੀ, ਹੱਦ
ਪਰ ਤੁਹਾਡੀ ਤੁਸੀਂ ਜਿਹੜਾ ਜਲੂਸ ਕੱਢਿਆ ਵੀ ਹੈ ਨਾ ਇੰਡਸਟਰੀ ਦਾ, ਕੀ ਉਹਨੂੰ ਗਾਉਣਾ ਆਉਂਦਾ ਸੋਨੀ ਮਾਨ? ਕੀ ਉਹਦਾ ਨਾਮ ਕੀ ਸੋਨੀ ਮਾਨ ਕਿ ਸੋਨੀਆ ਮਾਨ ਕੀ ਆ ਉਹ, ਉਹਨੂੰ ਗਾਉਣਾ ਆਉਂਦਾ? ਮੈਂ ਉਹਨੂੰ ਚੈਲੰਜ ਕਰਦੀ ਹਾਂ ਵੀ ਮੇਰੇ ਨਾਲ ਗਾਵੇ, ਜਿੰਨੇ ਵੀ ਰਿਸਪੈਕਟਡ ਉਸਤਾਦ ਜੀ ਜੀ ਨੂੰ ਬੁਲਾਉਣਾ ਤੁਸੀਂ ਬੁਲਾ ਲਓ, ਦੇਖਦੀ ਹਾਂ ਮੈਂ ਕਿੰਨਾ ਕੁ ਗਾ ਲੈਂਦੀ ਹਾਂ, ਉਹ ਮੇਰੇ ਨਾਲ ਖੁੱਲਾ ਅਖਾੜਾ ਲਾਵੇ ਤਾਂ ਸਹੀ, ਚੈਲੰਜ ਕਰਦੀ ਹਾਂ ਮੈਂ ਉਹਨੂੰ। ਨਾ ਉਹਨੂੰ ਗਾਉਣਾ ਆਉਂਦਾ, ਕੱਲਾ ਨੱਚਣਾ ਹੀ ਸਾਰਾ ਕੁਛ ਕਾਫੀ ਨਹੀਂ ਹੁੰਦਾ, ਹਿੱਕ ਚ ਜ਼ੋਰ ਚਾਹੀਦਾ ਗਾਉਣ ਲਈ। ਠੀਕ ਆ, ਉਹਦਾ ਰੈਪ ਤੁਸੀਂ ਰੈਪ ਕਰਾ ਰਹੇ ਹੋ, ਰੈਪ ਕਰਾਓ, ਲੋਕਾਂ ਤੋਂ ਲੋਕਾਂ ਨੂੰ ਗਲਤ ਤਾਂ ਨਾ ਬੁਲਵਾਓ। ਜੇ ਤੁਹਾਡੇ ਚ ਇੰਨੀ ਹਿੰਮਤ ਆ ਤੁਸੀਂ ਅੱਗੇ ਆਓ, ਆਪ ਆ ਕੇ ਬੋਲੋ, ਉਸ ਜਵਾਕ ਤੋਂ ਕਿਉਂ ਬੁਲਾਉਂਦੇ ਹੋ? ਹੱਦ ਹੁੰਦੀ ਹੈ ਕਿਸੇ ਚੀਜ਼ ਦੀ। ਪੰਜਾਬ ਤੋਂ ਬਾਹਰਲੇ ਲੋਕ ਪਤਾ ਕੀ ਕਹਿ ਰਹੇ ਨੇ ਕਿ ਆ ਕੀ ਜਲੂਸ ਕੱਢ ਰਹੇ ਨੇ ਪੰਜਾਬੀ, ਤੁਸੀਂ ਪੰਜਾਬੀਆਂ ਦਾ ਨਾਮ ਖਰਾਬ ਕਰ ਰਹੇ ਹੋ। ਮੈਂ ਕਹਿੰਦੀ ਕਿ ਤੁਸੀਂ 6 ਮਹੀਨੇ ਤੱਕ ਇਹਨੂੰ ਪੁੱਛਣਾ ਨੀ ਹੈਗਾ ਮੁੱਖ ਮੰਤਰੀ ਨੂੰ, ਇਹੋ ਜਿਹੇ ਬੰਦੇ ਕਿੰਨੇ ਆਏ ਮੁੱਖ ਮੰਤਰੀ ਆਪਣਾ ਹਰਮਨ ਚੀਮਾ ਕੀ ਨੇ ਗੇ ਇਹ 6 ਮਹੀਨੇ ਦਾ। ਹੁਣ ਉਹ ਖੁਦ ਰੋਂਦਾ ਹਰਮਨ ਚੀਮਾ ਵੀ, ਹਾਂ ਮੇਰਾ ਮੈਨੂੰ ਛੱਡ ਤਾ, ਮੈਨੂੰ ਯੂਜ਼ ਕਰਕੇ ਛੱਡ ਤਾ, ਐਵੇਂ ਇਹਨੇ ਵੀ ਕਹਿਣਾ? ਸ਼ਰਮ ਕਰ ਲੋ ਮਾੜੀ ਜੀ। ਜੇ ਉਹਦੇ ਚ ਇੰਨਾ ਦਮ ਹੈ ਨਾ ਸੋਨੀਆ ਮਾਨ ਕਹੋ ਕੀ ਆ ਸੋਨੀ ਮਾਨ, ਇੰਨਾ ਦਮ ਹੈ ਉਹ ਚ, ਇੰਨਾ ਨੂੰ ਲੱਗਦਾ ਕਿ ਮੈਂ ਗਾ ਲੈਨੀ ਆ, ਤਾਂ ਗਾ ਕੇ ਦਿਖਾਵੇ, ਆ ਜਾ ਮੇਰੇ ਨਾਲ ਗਾ, ਆਪਣੇ ਟੈਲੈਂਟ ਤੇ ਅੱਗੇ ਆ ਬੀਬਾ, ਕਿਸੇ ਦੇ ਸਿਰ ਉੱਤੇ ਛਾਲਾ ਨਾ ਮਾਰ। ਜੀ ਹਾਂ, ਮੈਂਡੀ ਧੀਮਾਨ ਨੇ ਵੀ ਮੁੱਖ ਮੰਤਰੀ ਨੂੰ ਕਾਫੀ ਕੁਝ ਬੋਲਿਆ। ਇਸ ਤੋਂ ਬਾਅਦ ਮੈਂਡੀ ਧੀਮਾਨ ਨੇ ਵੀ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਿਹੜੇ ਮੁੱਖ ਮੰਤਰੀ ਤੋਂ ਬੁਲਵਾ ਰਹੇ ਨੇ। ਠੀਕ ਆ, ਉਹਦਾ ਰੈਪ ਤੁਸੀਂ ਰੈਪ ਕਰਾ ਰਹੇ ਹੋ, ਰੈਪ ਕਰਾਓ, ਲੋਕਾਂ ਤੋਂ ਲੋਕਾਂ ਨੂੰ ਗਲਤ ਤਾਂ ਨਾ ਬੁਲਵਾਓ। ਜੇ ਤੁਹਾਡੇ ਚ ਇੰਨੀ ਹਿੰਮਤ ਆ ਤੁਸੀਂ ਅੱਗੇ ਆਓ, ਆਪ ਆ ਕੇ ਬੋਲੋ, ਉਸ ਜਵਾਕ ਤੋਂ ਕਿਉਂ ਬੁਲਾਉਂਦੇ ਹੋ? ਪਰ ਮੈਂਡੀ ਧੀਮਾਨ ਇੱਥੇ ਤੱਕ ਹੀ ਨਹੀਂ ਰੁਕੇ, ਮੈਂਡੀ ਧੀਮਾਨ ਨੇ ਸੋਨੀ ਮਾਨ ਨੂੰ ਵੀ ਕਾਫੀ ਕੁਝ ਬੋਲਿਆ, ਤੇ ਮੈਂਡੀ ਧੀਮਾਨ ਨੇ ਤਾਂ ਉਹਨਾਂ ਨੂੰ ਇੱਕ ਚੈਲੰਜ ਵੀ ਕਰ ਦਿੱਤਾ। ਦੇਖੋ ਕੀ ਚੈਲੰਜ ਕੀਤਾ ਮੈਂਡੀ ਧੀਮਾਨ ਨੇ ਸੋਨੀ ਮਾਨ ਨੂੰ, ਕੀ ਉਹਨੂੰ ਗਾਉਣਾ ਆਉਂਦਾ ਸੋਨੀ ਮਾਨ? ਕੀ ਉਹਦਾ ਨਾਮ ਕੀ ਸੋਨੀ ਮਾਨ ਕਿ ਸੋਨੀਆ ਮਾਨ ਕੀ ਆ ਉਹ, ਉਹਨੂੰ ਗਾਉਣਾ ਆਉਂਦਾ? ਮੈਂ ਉਹਨੂੰ ਚੈਲੰਜ ਕਰਦੀ ਹਾਂ ਵੀ ਮੇਰੇ ਨਾਲ ਗਾਵੇ, ਜਿੰਨੇ ਵੀ ਰਿਸਪੈਕਟਡ ਉਸਤਾਦ ਜੀ ਜੀ ਨੂੰ ਬੁਲਾਉਣਾ ਤੁਸੀਂ ਬੁਲਾ ਲਓ, ਦੇਖਦੀ ਹਾਂ ਮੈਂ ਕਿੰਨਾ ਕੁ ਗਾ ਲੈਂਦੀ ਹਾਂ, ਉਹ ਮੇਰੇ ਨਾਲ ਖੁੱਲਾ ਅਖਾੜਾ ਲਾਵੇ ਤਾਂ ਸਹੀ, ਚੈਲੰਜ ਕਰਦੀ ਹਾਂ ਮੈਂ ਉਹਨੂੰ। ਤੁਸੀਂ ਇਸ ਮੁੱਦੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਸ ਦੇ ਵਿੱਚ ਕਿਸ ਦੀ ਗਲਤੀ ਹੈ ਤੇ ਕਿਸ ਦੀ ਨਹੀਂ, ਤੇ ਮੁੱਖ ਮੰਤਰੀ ਨੂੰ ਗਾਇਕੀ ਦੀ ਲਾਈਨ ਦੇ ਵਿੱਚ ਅੱਗੇ ਆਉਣਾ ਚਾਹੀਦਾ ਜਾਂ ਨਹੀਂ, ਤੇ ਜਾਂ ਫਿਰ ਜੇ ਮੁੱਖ ਮੰਤਰੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕੰਟਰੋਵਰਸੀ ਵਿੱਚ ਆਉਂਦੇ ਵੀ ਨੇ ਤਾਂ ਉਹਨਾਂ ਨੂੰ ਬੁਲਵਾਉਣ ਵਾਲੇ ਕੌਣ ਨੇ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਤੇ ਏਦਾਂ ਦੀਆਂ ਹੋਰ ਵੀ ਵਧੀਆ ਤੋਂ ਵਧੀਆ ਗੌਸਿਪਸ ਦੇ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਨੂੰ ਤਾਂ ਕਿ ਤੁਹਾਨੂੰ ਹੋਰ ਵੀ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ। ਤੇ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਅਗਲੀ ਵਾਰ ਕੁਝ ਨਵੀਆਂ ਗੌਸਿਪਸ ਦੇ ਨਾਲ। ਬਾਏ ਬਾਏ।